ਮੈਨੂੰ ਪਾਲਕ ਦੀ ਸਬਜ਼ੀ ਬਹੁਤ ਪਸੰਦ ਹੈ ਔਰ ਜੇ ਇਹ ਤਾਂ ਮੈਂ ਦੂਜੇ ਦੇ ਆ ਦੋ ਤਿੰਨ ਮਿੰਟ ਹੋ ਗਏ ਨਾ ਆਪਾਂ ਚੈੱਕ ਕਰ ਲੈਂਦੇ ਹਾਂ ਸਬਜ਼ੀ ਅਤੇ ਸਬਜ਼ੀ ਸਾਡੀ ਨਾਲ ਨਾਲ ਲੱਗ ਗਏ ਇਹ ਜਿਹੜੀ ਪਾਲਕ ਦੀ ਸਬਜ਼ੀ ਤੁਸੀਂ ਜਿੰਨੀ ਕੁ ਥੋੜ੍ਹੀ ਬਣਾਓਗੇ ਤਾਂ ਥੋੜ੍ਹੀ ਜਿਹੀ ਹੋ ਜਾਂਦੀ ਹੈ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਨੀ ਹੈ ਤੁਹਾਡਾ ਸਭ ਦਾ ਪੰਜਾਬੀ ਰਸੋਈ ਵਿੱਚ ਪੰਜਾਬੀ ਕੁਕਿੰਗ 'ਚ ਜਿਸ ਵਿੱਚ ਅੱਜ ਮੈਂ ਤੁਹਾਨੂੰ ਆਲੂ ਪਾਲਕ ਦੀ ਭੁਰਜੀ ਬਣਾਉਣਾ ਸਿਖਾ ਰਹੀ ਹਾਂ ਆਲੂ ਪਾਲਕ ਦੀ ਭੁਰਜੀ ਵੀ ਕਹੀ ਜਾਂਦੀ ਹੈ ਸਬਜ਼ੀ ਵੀ ਕਹੀ ਜਾਂਦੀ ਹੈ ਇਹ ਆਪਣੇ ਪੰਜਾਬੀਆਂ ਦੀ ਬਹੁਤ ਹੀ ਪੁਰਾਣੀ ਡਿਸ਼ ਹੈ ਸਿੰਪਲ ਜਿਹੇ ਤਰੀਕੇ ਨਾਲ ਬਣਾਵਾਂਗੀ ਅਤੇ ਤੁਹਾਨੂੰ ਮੈਂ ਸਿਖਾਵਾਂਗੀ ਜੇ ਮੇਰੀ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦਿਓ ਨਾਲ ਦੀ ਨਾਲ ਬੈਲ ਵਾਲਾ ਬਟਨ ਜ਼ਰੂਰ ਪ੍ਰੈਸ ਕਰਿਆ ਕਰੋ ਜਦੋਂ ਤੁਸੀਂ ਬੈਲ ਵਾਲਾ ਬਟਨ ਪ੍ਰੈਸ ਕਰੋਗੇ ਕੋਈ ਵੀ ਮੈਂ ਨਵੀਂ ਵੀਡੀਓ ਪਾਵਾਂਗੀ ਤੁਹਾਨੂੰ ਜਲਦੀ ਤੋਂ ਜਲਦੀ ਜਾਣਕਾਰੀ ਮਿਲ ਜਾਇਆ ਕਰੇਗੀ ਅਤੇ ਆਓ ਦੇਖੀਏ ਆਪਾਂ ਆਲੂ ਪਾਲਕ ਦੀ ਸਬਜ਼ੀ ਕਿਵੇਂ ਬਣਾਉਣੀ ਹੈ ਅਤੇ ਉਹਦੇ ਲਈ ਕਿਹੜੀ ਕਿਹੜੀ ਚੀਜ਼ਾਂ ਚਾਹੀਦੀਆਂ ਨੇ ਉਹ ਆਪਾਂ ਇੱਕ ਵਾਰੀ ਜ਼ਰੂਰ ਦੇਖ ਲੈਣੀ ਆਲੂ ਪਾਲਕ ਦੀ ਸਬਜ਼ੀ ਬਣਾਉਣ ਲਈ ਆਪਾਂ ਨੂੰ ਜਿਹੜੀਆਂ ਚੀਜ਼ਾਂ ਚਾਹੀਦੀਆਂ ਸਮਾਨ ਚਾਹੀਦੇ ਆਪਾਂ ਤਿਆਰ ਕਰਕੇ ਰੱਖਿਆ ਆ ਸਭ ਤੋਂ ਪਹਿਲਾਂ ਤਾਂ ਸਾਨੂੰ ਪਾਲਕ ਚਾਹੀਦੀ ਹੈ ਪਾਲਕ ਮੈਂ ਇੱਕ ਗੁੱਛੀ ਮੈਂ ਪਾਲਕ ਦੀ ਲਿਆਉਂਦੀ ਸੀ ਕਿ ਇਹ ਮੋਟੀਆਂ ਮੋਟੀਆਂ ਡੰਡੀਆਂ ਸੀ ਪਾਲਕ ਦੀਆਂ ਡੰਡੀਆਂ ਮੈਂ ਸਾਰੀਆਂ ਲਾਈਆਂ ਅਤੇ ਪੱਤਿਆਂ ਨੂੰ ਮੈਂ ਧੋ ਕੇ ਸਵਾਦ ਕੇ ਕੱਟ ਕੇ ਰੱਖਿਆ ਆ ਦੋ ਮੈਂ ਆਲੂ ਲਏ ਨੇ ਦੋ ਮੈਂ ਹਰੀਆਂ ਮਿਰਚਾਂ ਲਈਆਂ ਅਤੇ ਇੱਕ ਛੋਟਾ ਜਿਹਾ ਪਿਆਜ਼ ਲਿਆ ਕਿਉਂਕਿ ਪਿਆਜ਼ ਤੋਂ ਬਿਨਾਂ ਵੀ ਬਣ ਸਕਦੀ ਜ਼ਿਆਦਾ ਪਿਆਜ਼ ਨਹੀਂ ਆਪਾਂ ਸਬਜ਼ੀ 'ਚ ਪਾਉਣਾ ਇੱਕ ਹੀ ਮੈਂ ਟਮਾਟਰ ਲਿਆ ਵੀ ਮੈਂ ਘਰ ਸਾਰੇ ਕੱਢ ਲਏ ਨੇ ਵੀ ਕੱਟ ਕੇ ਅਤੇ ਆਪਣੇ ਆਹ ਦੇਖੋ ਇੱਦਾਂ ਦਾ ਕੱਟ ਕੇ ਤਿਆਰ ਕੀਤਾ ਹੋਇਆ ਅਤੇ ਅਦਰਕ ਲਸਣ ਦੀ ਪੇਸਟ ਲਈ ਅਤੇ ਥੋੜ੍ਹੀ ਜਿਹੀ ਆਪਾਂ ਅਦਰਕ ਨੂੰ ਲੰਬੇ ਲੰਬੇ ਸਲੈਸ ਕੱਟੇ ਹੋਏ ਨੇ ਅਤੇ ਇਹਦੇ ਲਈ ਆਪਾਂ ਥੋੜ੍ਹੀ ਜਿਹੀ ਹੈਂਗ ਚਾਹੀਦੀ ਹੈ ਨਮਕ ਅੱਧਾ ਚਮਚ ਲਿਆ ਅੱਧਾ ਚਮਚ ਮੈਂ ਗਰਮ ਮਸਾਲਾ ਲਿਆ ਅਤੇ ਅੱਧਾ ਚਮਚ ਮੈਂ ਚਿੱਲੀ ਪਾਊਡਰ ਲਿਆ ਅਤੇ ਗਰਮ ਮਸਾਲਾ ਲਿਆ ਇੱਕ ਚਮਚ ਅੱਧਾ ਤੋਂ ਅੱਧਾ ਚਮਚ ਹਲਦੀ ਅਤੇ ਅੱਧੇ ਤੋਂ ਅੱਧਾ ਚਮਚ ਜੀਰਾ ਹੈ ਅਤੇ ਮੋਟੀ ਮਿਰਚ ਕੁੰਡੀ ਦੀ ਕੁੱਟੀ ਹੋਈ ਲਿੱਤੀ ਹੈ ਤੇਲ ਚਾਹੀਦਾ ਸਾਨੂੰ ਸਰੋਂ ਦਾ ਕੜਾਹੀ ਆਪਣੀ ਗਰਮ ਹੋ ਗਈ ਹੁਣ ਮੈਂ ਪਾਵਾਂਗੀ ਦੋ ਕੜਛੀਆਂ ਤੇਲ ਸਰੋਂ ਦਾ ਛੋਟੀਆਂ ਕੜਛੀਆਂ ਬਹੁਤੀਆਂ ਵੱਡੀਆਂ ਨਹੀਂ ਅਤੇ ਆਪਾਂ ਆਲੂ ਨੂੰ ਫਰਾਈ ਕਰਨੇ ਹੈ ਜਦੋਂ ਫਰਾਈ ਕਰਕੇ ਆਪਾਂ ਫਰੈਂਡਸ ਪਾਵਾਂਗੇ ਆਲੂ ਦੀ ਭੁਰਜੀ ਸਬਜ਼ੀ 'ਚ ਅਤੇ ਬਹੁਤ ਜ਼ਿਆਦਾ ਸਵਾਦ ਹੈ ਤੇਲ ਆਪਣਾ ਗਰਮ ਹੋ ਗਿਆ ਅਤੇ ਉਹ ਕੜਾਹੀ ਆਪਣੇ ਆਲੂ ਨੇ ਆਲੂ ਨੂੰ ਇੱਕ ਦੋ ਦੋ ਤਿੰਨ ਮਿੰਟ ਆਪਾਂ ਫਰਾਈ ਕਰ ਲੈਣੇ ਹਾਂ ਇਸਨੂੰ ਥੋੜ੍ਹੀ ਫਰਾਈ ਕਰਨੇ ਜ਼ਿਆਦਾ ਨਹੀਂ ਆਪਾਂ ਫਰਾਈ ਕਰਨੇ ਬਿਲਕੁਲ ਗਾਲਣੇ ਨਹੀਂ ਕਿਉਂਕਿ ਆਪਾਂ ਪਾਲਕ 'ਚ ਪਾ ਕੇ ਵੀ ਭੁੰਨਣੇ ਨੇ ਨਾ ਅਤੇ ਸਬਜ਼ੀ ਦਾ ਬਹੁਤ ਸਵਾਦ ਬਣਦੀ ਹੈ ਇਸੇ ਤੇਲ ਦੇ ਵਿੱਚ ਆਪਾਂ ਜੀਰਾ ਪਾ ਲੈਣਾ ਜੀਰਾ ਆਪਾਂ ਭੁੱਜ ਗਏ ਹਾਂ ਹੁਣ ਆਪਾਂ ਪਿਆਜ਼ ਪਾ ਦੇਣੇ ਨੇ ਕੱਟੇ ਹੋਏ ਵਰਤੋਂ ਦੇ ਕੱਟੇ ਹੋਏ ਨੇ ਤੁਸੀਂ ਕੁੱਟ ਕੇ ਵੀ ਪਾ ਸਕਦੇ ਹੋ ਮਸ਼ੀਨ ਦੇ ਵਿੱਚ ਜੇ ਪਾਣੀ ਹੋ ਨਾ ਤੁਸੀਂ ਕੱਟ ਕੇ ਵੀ ਪਾ ਲਓ ਕੁੱਟ ਕੇ ਵੀ ਪਾ ਲਓ ਦੋ ਤਿੰਨ ਮਿੰਟ ਹੋ ਗਏ ਨੇ ਪਿਆਜ਼ ਆਪਣੇ ਭੁੱਜ ਕੇ ਤਿਆਰ ਹੋ ਗਏ ਨੇ ਮਿਕਸ ਦੇ ਵਿੱਚ ਆਪਾਂ ਹਲਦੀ ਪਾ ਦਾਂਗੇ ਅੱਧਾ ਚਮਚ ਲਾਲ ਚਿਲੀ ਪਾਊਡਰ ਅਦਰਕ ਲਸਣ ਦੀ ਪੇਸਟ ਹੋ ਗਏ ਨਾ ਆਪਾਂ ਨਾਲ ਹੀ ਟਮਾਟਰ ਪਾ ਦੇਣੇ ਕੱਟੇ ਹੋਏ ਟਮਾਟਰ ਪਾ ਕੇ ਹੁਣ ਆਪਾਂ ਇਹਨੂੰ ਤਿੰਨ ਚਾਰ ਮਿੰਟ ਭੁੰਨਣਾ ਮਸਾਲੇ ਬਹੁਤਾ ਲਾਲ ਨਹੀਂ ਕਰਨਾ ਸਾੜਨਾ ਨਹੀਂ ਮਸਾਲਾ ਅਸੀਂ ਕੱਚੇ ਬਣ ਕੇ ਥੋੜ੍ਹਾ ਥੋੜ੍ਹਾ ਰੱਖਣਾ ਕੱਚੇ ਪਿਆਜ਼ ਜਿੱਦਾਂ ਟਮਾਟਰ ਸੋਫਟ ਹੋ ਗਏ ਫਿਰ ਅਸੀਂ ਇਹਦੇ 'ਚ ਆਲੂ ਐਡ ਕਰ ਦੇਣੇ ਬਾਅਦ ਨਾਲ ਪਾਲਕ ਐਡ ਕਰ ਦੇਣੇ ਟਮਾਟਰ ਸੋਫਟ ਹੋ ਗਏ ਨੇ ਹੁਣ ਅਸੀਂ ਪਾਉਣੇ ਮੋਟੀ ਚਿੱਲੀ ਕੱਟੀ ਹੋਈ ਹੈ ਮੋਟਾ ਕੁੱਟੀ ਹੋਈ ਕੁੰਡੀ ਵਾਲੀ ਉਹ ਹਰੀਆਂ ਮਿਰਚਾਂ ਹਰੀਆਂ ਮਿਰਚ ਸਿਰ ਨੂੰ ਕੱਟਦੀ ਹੈ ਧਨੀਆ ਪਾ ਦਿੱਤਾ ਚੰਮਚ ਅੱਧਾ ਚਮਚ ਨਮਕ ਤੇਲ ਕੁੱਟ ਕੇ ਮਸਾਲਾ ਆਪਣਾ ਬਿਲਕੁਲ ਤੇਲ ਆ ਗਿਆ ਉੱਪਰ ਬਿਲਕੁਲ ਭੁੱਜ ਕੇ ਤਿਆਰ ਹੋ ਗਿਆ ਮਸਾਲੇ ਦੀ ਇਹੀ ਨਿਸ਼ਾਨੀ ਹੁੰਦੀ ਹੈ ਜੇ ਅਸੀਂ ਭੁੱਜ ਕੇ ਤੇਲ ਉੱਪਰ ਦੇ ਇਕੱਠਾ ਹੋਏ ਨਾ ਪਾ ਲੈਂਦੇ ਹਾਂ ਆਪਾਂ ਬਰੀਕ ਬਰੀਕ ਕੱਟੀ ਹੋਈ ਪਾਲਕ ਮੈਨੂੰ ਪਾਲਕ ਦੀ ਸਬਜ਼ੀ ਬਹੁਤ ਪਸੰਦ ਹੈ ਔਰ ਜੇ ਤਾਂ ਮੈਂ ਦੂਜੇ ਤੀਜੇ ਦਿਨ ਹਫ਼ਤੇ 'ਚ ਬਣਾ ਕੇ ਖਾ ਲਵਾਂ ਮੈਨੂੰ ਬਹੁਤ ਸਵਾਦ ਲੱਗਦੀ ਹੈ ਮੈਂ ਤਾਂ ਸਾਦੇ ਸਿੰਪਲ ਜਿਹੇ ਤਰੀਕੇ ਨਾਲ ਲੂਣ ਮਿਰਚ ਵਾਲੀ ਬਣਾਉਂਦੀ ਹੁੰਦੀ ਉਹ ਵੀ ਬਹੁਤ ਜ਼ਿਆਦਾ ਟੇਸਟੀ ਬਣਦੀ ਮਸਾਲੇ ਤੋਂ ਬਿਨਾਂ ਨਾ ਕਵਰ ਕਰਕੇ ਫਿਰ ਦੇਖ ਰਹੇ ਹਾਂ ਦੋ ਮਿੰਟ ਬਾਅਦ
ਦੋ ਤਿੰਨ ਮਿੰਟ ਹੋ ਗਏ ਨਾ, ਆਪਾਂ ਚੈੱਕ ਕਰ ਲੈਂਦੇ ਹਾਂ ਸਬਜ਼ੀ ਅਤੇ ਸਬਜ਼ੀ ਸਾਡੀ ਨਾਲ ਨਾਲ ਲੱਗ ਜਾਏ। ਆਹ ਦੇਖੋ ਪਾਣੀ ਹੈ ਜਿਹੜਾ ਪਾਲਕ ਦੇ ਵਿੱਚੋਂ ਆਪੇ ਨਿਕਲ ਕੇ, ਤਾਂ ਕਿੱਦਾਂ ਨਿਕਲਿਆ ਪਾਣੀ ਨਾ, ਪਾਣੀ ਵੀ ਤੁਸੀਂ ਪਸਾ ਇਹਦੇ 'ਚ ਪਾਉਣਾ ਪਾਲਕ ਜੀ। ਕਦੀ ਵੀ ਸਬਜ਼ੀ ਬਣਾਓ ਪਾਲਕ ਦੀ, ਭੁਰਜੀ ਬਣਾਓ, ਪਾਣੀ ਨਾ ਪਾਓ। ਹੁਣ ਆਪਾਂ ਇਹਦੇ 'ਚ ਆਲੂ ਐਡ ਕਰ ਦੇਣੇ ਨੇ। ਆਲੂ ਐਡ ਕਰਕੇ ਫਿਰ ਆਪਾਂ ਉਹਨੂੰ 4-5 ਮਿੰਟ ਨੂੰ ਪਕਾਉਣਾ ਚੰਗੀ ਤਰ੍ਹਾਂ। ਇਸਨੂੰ 2-3 ਮਿੰਟ ਹੋਰ ਕਵਰ ਕਰ ਦੇਣਾ ਅਤੇ ਉਸ ਤੋਂ ਬਾਅਦ ਅਸੀਂ ਥੋੜ੍ਹੀ ਜਿਹੀ ਇਹਨੂੰ ਨੰਗਾ ਢੱਕਣ ਲਾ ਕੇ ਫਿਰ ਪਕਾਵਾਂਗੇ। ਜਦੋਂ ਆਲੂ ਗਲ ਗਏ ਥੋੜ੍ਹੇ ਸਾਡੇ, ਸਬਜ਼ੀ ਆਪਣੀ ਤਿਆਰ ਹੈ। ਆਪਾਂ ਕੜਛੀ 'ਚ ਗਰਮ ਮਸਾਲਾ ਪਾਉਂਦੇ ਹਾਂ 1/2 ਚਮਚ, ਪਾਉਂਦੇ ਕੜਛੀ ਛੋਟੀ ਦੇਸੀ ਘਿਓ ਦੀ, ਸਵਾਦ ਵਧਾਉਣ ਲਈ ਪਾਲਕ 'ਚ ਬਹੁਤ ਜ਼ਰੂਰੀ ਹੈ ਦੇਸੀ ਘਿਓ। ਦੇਸੀ ਘਿਓ ਨਾਲ ਜਿਹੜਾ ਆਪਣਾ ਸਬਜ਼ੀ ਦਾ ਸਵਾਦ ਬਹੁਤ ਹੀ ਜ਼ਿਆਦਾ ਵਧੀਆ ਬਣਦਾ। ਆ ਘਿਓ ਮੈਂ ਪਾਇਆ ਅਤੇ ਹੁਣ ਦੇਖੇ ਘਿਓ ਉੱਪਰ ਨਾ ਘਿਓ ਨਾ ਚਮਕ ਸਬਜ਼ੀ ਦੇ ਆਇਆ ਜੀ। ਆ ਦੇਖ ਨਾ ਚਮਕ ਆ ਗਈ ਨਾ। ਹੁਣ ਮਸਾਲਾ ਵੀ ਪਾਇਆ ਅਤੇ ਘਿਓ ਵੀ, ਹੁਣ ਆਪਾਂ ਇਹਨੂੰ ਮਿਕਸ ਕਰ ਲੈਣਾ। ਆਹ ਸਬਜ਼ੀ ਆਪਣੀ ਬਿਲਕੁਲ ਤਿਆਰ ਹੈ, ਦੇਖੋ ਪਾਣੀ ਸੁੱਕ ਗਿਆ ਨਾ, ਆਲੂ ਗਲ ਗਏ, ਆਪਣੀ ਸਬਜ਼ੀ ਤਿਆਰ ਹੈ। ਗੈਸ ਨੂੰ ਬੰਦ ਕਰ ਦਿੰਦੇ ਹਾਂ। ਹੁਣ ਆਪਾਂ ਇੱਕ ਬੋਲ ਦੇ ਵਿੱਚ ਸਰਵ ਕਰਦੇ ਹਾਂ। ਇਹਨੂੰ ਰੋਟੀ ਪਰੌਂਠੇ ਜਿਹਦੇ ਨਾਲ ਮਰਜ਼ੀ ਖਾ ਸਕਦੇ ਹੋ। ਖਾਂਦੀ ਹਾਂ ਕਿੰਨੀ ਸੋਹਣੀ ਭੁਰਜੀ ਬਣੀ ਆਪਣੀ ਆਲੂ ਪਾਲਕ ਦੀ। ਇਹ ਜਿਹੜੀ ਪਾਲਕ ਦੀ ਸਬਜ਼ੀ ਤੁਸੀਂ ਜਿੰਨੀ ਕੁ ਥੋੜ੍ਹੀ ਬਣਾਓਗੇ ਤਾਂ ਥੋੜ੍ਹੀ ਜਿਹੀ ਹੋ ਜਾਂਦੀ ਹੈ ਸਕੇ, ਅਤੇ ਆਲੂ ਤਾਂ ਪਾਉਣੇ ਪੈਂਦੇ ਜ਼ਿਆਦਾ। ਰੋਟੀ ਔਰ ਪਰੌਂਠੇ ਨਾਲ ਜਿਹਦੇ ਨਾਲ ਮਰਜ਼ੀ ਤੁਸੀਂ ਸਰਵ ਕਰ ਸਕਦੇ ਹੋ। ਆਲੂ ਪਾਲਕ ਦੀ ਸਬਜ਼ੀ ਬਣ ਕੇ ਆਪਣੀ ਤਿਆਰ ਹੈ, ਬਹੁਤ ਹੀ ਵਧੀਆ ਅਤੇ ਸਵਾਦ ਅਤੇ ਮਜ਼ੇਦਾਰ ਬਣੀ, ਖਾਣ ਨੂੰ ਬਹੁਤ ਹੀ ਟੇਸਟੀ। ਰੋਟੀ ਔਰ ਪਰੌਂਠੇ ਨਾਲ ਜਿਹਦੇ ਨਾਲ ਮਰਜ਼ੀ ਖਾ ਸਕਦੇ ਹੋ ਤੁਸੀਂ। ਫਰੈਂਡਸ, ਜੇ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ 6 ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ, ਨਾਲ ਦੀ ਨਾਲ ਬੈਲ ਵਾਲਾ ਬਟਨ ਜ਼ਰੂਰ ਪ੍ਰੈਸ ਕਰਿਆ ਕਰੋ, ਉਹਨਾਂ ਬਿਲਕੁਲ ਵੀ ਭੁੱਲਿਆ ਕਰੋ, ਅਤੇ ਵੀਡੀਓ ਦੇਖਣ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੀ ਹਾਂ। ਥੈਂਕ ਯੂ, ਸਤਿ ਸ਼੍ਰੀ ਅਕਾਲ, ਬਾਏ ਬਾਏ।